वाहेगुरु जी का खालसा ते वाहेगुरु जी की फतेह। सत श्री अकाल, अस्सलाम वालेकुम, जय श्री कृष्ण, राधे राधे। सो गुड न्यूज सारे विंडसर शहर वाले आस्ते, ब्रॉडली सिख कम्युनिटी। सो नो डाउट कि विंडसर शहर के बच्चे कोई गुरुद्वारा कौंजी रोड 42 दे। काफी चिर तो इलेक्शन की प्रॉब्लम चल रही थी और 5 साल हो गए इस चीज़ को। तीन धर बोलते सी कि मैंबरशिप फ्री च खोली जाए, तीन धर कहते कि $100 लैके खोली जाए। फ्री $100 का जोड़ा मुद्दा सी वह सी कि पहले भी 1100 1180 के करीब लोगों ने जो मैंबरशिप $100 दिता सी खा के डकार गए सी। इन्होंने डकार भी नहीं मारिया सी। सो हुण जी $100 ते मैंबरशिप खुल गई आ, तड़ा तड़ लोग फॉर्म पेपर लै रहे हैं। पर साध संगत जी बेनती की जाती है, मेरी गल्ला थोड़िया जिहा स्ट्रेट फॉरवर्ड कौड़िया जिहा होंदिया, पर मैं दिल दी नहीं माड़ी जबान दी थोड़ी कौड़ी है। सो जिन्हां दे भी घरे पुराने चप्पल जुत्ते छत्तर जिहड़े तुसीं नहीं यूज करते हो, टुट गया तुसीं बाहर सुट्टणे आ, प्लीज़ उन्हां नूं सुट्टियो ना। प्लीज़, दिस इज़ माई हम्बल रिक्वेस्ट। ਉਹ ਜੁੱਤੇ ਚੱਪਲ ਇਕੱਠੇ ਕਰ ਲਓ ਤੇ ਮੋਟਾ ਸਾਰਾ ਨਾਇਲੋਨ ਦਾ ਧਾਗਾ ਲਿਆ ਕੇ ਉਹਦੇ ਵਿੱਚ ਪਰੋ ਕੇ ਹਾਰ ਬਣਾ ਲਓ ਫੁੱਲਾਂ ਦਾ। ਕਿਉਂਕਿ ਅਗਰ ਐਤਕੀ ਇਹਨਾਂ ਨੇ ਸਾਡੀ ਰੱਬ ਵਰਗੀ ਪਿਆਰੀ ਸੰਗਤ ਦਾ ਪੈਸਾ ਖਾਣ ਦੀ ਜੇ ਕੋਸ਼ਿਸ਼ ਕੀਤੀ, $100 ਲਾ ਕੇ ਜੇ ਇਹਨਾਂ ਨੇ ਇਲੈਕਸ਼ਨ ਨਹੀਂ ਕਰਵਾਏ ਤੇ ਇਹ ਫਿਰ ਸੋਚਣਗੇ ਵੀ ਖਾ ਪੀ ਜਾਂਦੇ, ਰੋਲ ਕੋਲ ਕਰ ਦਾਂਗੇ, ਸਾਡਾ ਕਰ ਲੈਣਗੇ। ਉਹ ਛਿੱਤਰਾਂ ਦਾ ਹਾਰ ਆਪਾਂ 6 ਦੇ 6 ਕਮੇਟੀ ਮੈਂਬਰਾਂ ਦੇ ਗਲਾਂ 'ਚ ਪਾਉਣਾ, ਇਹ ਦੇਖ ਲਓ। ਜੇ ਤੁਹਾਡੇ ਚ ਹਿੰਮਤ ਨਾ ਹੋਈ ਕਰਨ ਦੀ ਤਾਂ ਮੈਨੂੰ ਆਵਾਜ਼ ਮਾਰ ਲਿਓ। ਮੈਂ ਜਿਵੇਂ ਟ੍ਰੇਨ ਦਾ ਡੱਬਾ ਹੁੰਦਾ ਨਾ ਮੂਹਰੇ ਲੱਗ ਕੇ 3 ਜਣੇ ਪਿੱਛੇ, ਫਿਰ ਏਦਾਂ ਟ੍ਰੇਨ ਦੇ ਮੂਹਰਲੇ ਡੱਬੇ ਵਾਲਾ ਕੰਮ ਕਰੂੰਗੀ। ਕਿਉਂਕਿ ਭਰੋਸਾ ਨਹੀਂ ਇਹਨਾਂ ਤੇ, ਇਹਨਾਂ ਨੇ ਪਹਿਲਾਂ ਵੀ ਇਹ ਕੁਛ ਕੀਤਾ, ਇਹਨਾਂ ਤੇ ਭਰੋਸਾ ਨਹੀਂ ਆ। ਸੋ $100 ਦੇ ਕੇ ਕਾਫੀ ਲੋਕ ਫਾਰਮ ਲੈ ਕੇ ਜਾ ਰਹੇ ਆ, ਕਮੇਟੀ ਮੈਂਬਰਸ਼ਿਪ ਦੇ ਭਰ ਰਹੇ। ਮੈਨੂੰ ਵੀ ਆਇਆ ਸੁਣਿਆ ਕਿ ਨੈਨਸੀ ਤੂੰ ਵੀ ਮੈਂਬਰਸ਼ਿਪ ਲੈ ਲਾ। ਮੈਂ ਕਿਹਾ ਦੇਖੋ $100 ਇਜ਼ ਨੋਟ ਅ ਬਿਗ ਡੀਲ, ਮੈਂ ਉੱਦਾਂ ਕਹੂੰਗੀ ਉੱਦਾਂ $100 ਤੁਹਾਨੂੰ ਦੇ ਦੇਣੀ ਹੈ, ਪਰ ਮੈਂ ਮੈਂਬਰਸ਼ਿਪ ਨਹੀਂ ਲੈਣੀ। ਦੂਜੀ ਗੱਲ ਜਿਹੜੀ ਬੜੀ ਇੰਪੋਰਟੈਂਟ ਹੈ, ਧਿਆਨ ਨਾਲ ਸੁਣਿਓ। ਜੇ ਹੁਣ ਮੈਨੂੰ ਨਹੀਂ ਪਤਾ 2-3 ਬੰਦੇ ਖੜਨਗੇ ਇਲੈਕਸ਼ਨ 'ਚ ਜਿਹੜੇ ਪ੍ਰਧਾਨ ਪ੍ਰੈਜੀਡੈਂਟ ਬਣਨਾ ਚਾਹੁੰਦੇ ਆ, ਜੇ ਉਹਨਾਂ 'ਚ ਤੁਹਾਨੂੰ ਲੱਗਿਆ ਵੀ ਕੋਈ ਖਾਲਿਸਤਾਨ ਦਾ ਸਮਰਥਕ ਹੈ, ਖਾਲਿਸਤਾਨ ਨੂੰ ਸਪੋਰਟ ਕਰ ਰਿਹਾ, ਗਲਤੀ ਨਾਲ ਵੀ ਸੰਗਤ ਜੀ ਵੋਟ ਨਾ ਕਰਿਓ। ਇਹ ਮੇਰੀ ਇੱਕ ਗੱਲ ਯਾਦ ਰੱਖਿਓ, ਜਿੰਨਾ ਮਾਹੌਲ ਹੁਣ ਗੁਰਦੁਆਰੇ ਦਾ ਖਰਾਬ ਸੀ ਨਾ, ਜਿੱਦਾਂ ਸਾਡੇ 10 ਗੁਰੂਆਂ ਦੀਆਂ ਫੋਟੋਆਂ ਲਾਤੀਆਂ ਤੇ ਇਹਨਾਂ ਨੇ ਆਪਣੇ ਬੰਦਿਆਂ ਦੀ ਫੋਟੋ ਉੱਥੇ ਲਾਤੀਆਂ ਜੀ, ਸਾਡੇ ਖਾਲਿਸਤਾਨੀਆਂ ਦੇ ਸ਼ਹੀਦ ਆ, ਠੀਕ ਆ। ਬਾਅਦ 'ਚ ਇਹਨਾਂ ਨੇ ਕਿਹਾ ਕਿ ਨੈਨਸੀ ਨੇ ਤਾਂ ਰੋਲਾ ਪਾਤਾ, ਫੋਟੋਆਂ ਤਾਂ ਕਹਿੰਦੇ ਬਣਨ ਗਈਆਂ। ਚਲੋ ਮੰਨ ਲਿਆ ਫੋਟੋਆਂ ਬਣਨ ਗਈਆਂ ਸੀ, ਪਰ ਸਾਡੀਆਂ ਗੁਰੂਆਂ ਦੀ ਫੋਟੋ ਨੂੰ ਤਾਂ ਇੰਨਾ ਟਾਈਮ ਲੱਗ ਗਿਆ, ਤੁਹਾਡੀਆਂ ਫੋਟੋਆਂ ਨਾਲ ਦੀ ਨਾ ਕੰਧਾਂ 'ਤੇ ਚਿਮੜ ਗਈਆਂ। ਫਿਰ ਬਸ ਪਤਾ ਲੱਗਿਆ ਕਿ ਥੋੜੇ ਕੁ ਦਿਨਾਂ ਬਾਅਦ ਸਾਡੇ 10 ਗੁਰੂਆਂ ਦੀ ਫੋਟੋਆਂ ਲਾ ਦਿੱਤੀਆਂ ਗਈਆਂ ਲੰਗਰ ਹਾਲ ਦੇ ਵਿੱਚ, ਪਰ ਉਹਨਾਂ ਦਾ ਸਾਈਜ਼ ਦੇਖਿਓ ਫੋਟੋਆਂ ਦਾ ਬਹੁਤ ਛੋਟਾ ਹੈ, ਤੇ ਇਹਨਾਂ ਨੇ ਆਪਣੇ ਬੰਦਿਆਂ ਦੇ ਏਡੇ ਏਡੇ ਪੋਸਟਰ ਬਣਾ ਕੇ ਉੱਤੇ ਗੰਨਾ ਛਾਪ ਕੇ ਸਾਡੇ ਬਾਬੇ ਦੀ ਫੋਟੋਆਂ ਛੋਟੀਆਂ ਕਰਤੀਆਂ। ਸੋ ਇਹ ਗੁੰਡਾਗਰਦੀ ਬਦਮਾਸ਼ੀ 2 ਬੰਦਿਆਂ ਨੇ ਕੀਤੀ ਸੀ, ਜਿਹੜੇ ਕਿ ਗੁਰਦੁਆਰੇ ਦੇ ਕੋਈ ਪ੍ਰੈਜੀਡੈਂਟ ਨਹੀਂ ਹੈ, ਕਮੇਟੀ ਮੈਂਬਰ ਨਹੀਂ, ਕੋਈ ਲੈਣ ਦੇਣ ਨਹੀਂ ਹੈ, ਆਪਣੇ ਨੂੰ ਸੇਵਾਦਾਰ ਕਹਿੰਦੇ ਆ, ਇੰਨੀ ਬਦਮਾਸ਼ੀ ਹੈ ਉਹਨਾਂ ਦੀ। ਸੋ ਇੱਕ ਗੱਲ ਦਾ ਯਾਦ ਰੱਖੋ, ਅਗਰ ਇੱਕ ਗੁਰਦੁਆਰਾ ਇੱਕ ਐਸੇ ਗਲਤ ਬੰਦੇ ਨੂੰ, ਤੁਹਾਡੀ ਇੱਕ ਵੋਟ ਗਲਤ ਬੰਦੇ ਨੂੰ ਚਲੇਗੀ ਜੋ ਖਾਲਿਸਤਾਨ ਨੂੰ ਪ੍ਰਮੋਟ ਕਰ ਰਿਹਾ, ਇਹ ਸਾਰਾ ਗੁਰਦੁਆਰਾ ਖਾਲਿਸਤਾਨੀਆਂ ਦਾ ਬਣ ਜਾਏਗਾ। ਮੇਰੇ ਵਰਗੇ ਤੁਹਾਡੇ ਵਰਗੇ ਆਮ ਲੋਕ ਜਿਹੜੇ ਰੱਬ ਨੂੰ ਸੱਚੀ ਸ਼ਰਧਾ ਨਾਲ ਮੰਨਦੇ ਆ, ਉਹ ਨਹੀਂ ਫਿਰ ਮੁੜਨਗੇ ਉੱਥੇ ਜਾਣਗੇ। ਇਸ ਤੋਂ ਜ਼ਿਆਦਾ ਗੰਦ ਪਏਗਾ, ਇਸ ਤੋਂ ਜ਼ਿਆਦਾ ਡਾਂਗਾ ਚੱਲਣਗੀਆਂ, ਬਹੁਤ ਕੁਛ ਹੋਏਗਾ। ਕਿਉਂਕਿ ਜਿਹੜਾ ਪ੍ਰੈਜੀਡੈਂਟ ਵਾਲਾ ਚਸਕਾ ਹੈ ਨਾ ਗੁਰਦੁਆਰੇ ਦਾ ਪ੍ਰਧਾਨ ਬਣਨ ਦਾ, ਉਹ ਚਸਕਾ ਕਾਫੀ ਲੋਕਾਂ 'ਚ ਹੈਗਾ, ਕੀੜਾ ਉਹਨਾਂ 'ਚ। ਉਹਦੀ ਵਜ੍ਹਾ ਕੀ ਹੈ? ਗੱਲੇ ਦਾ ਪੈਸਾ। ਅਸੀਂ ਚਾਹੇ ਕਿਸੇ ਨੂੰ ਵੀ ਕਿੰਨਾ ਵੀ ਇਮਾਨਦਾਰ ਸਮਝ ਲਈਏ, ਪਰ ਪੈਸਾ ਵੱਡੇ ਵੱਡੇ ਬੰਦਿਆਂ ਨੇ ਅਮਾਨ ਡੋਲ ਦਿੰਦਾ, ਵੱਡੇ ਵੱਡੇ ਬੰਦਿਆਂ ਦੀ ਨੀਅਤ ਖਰਾਬ ਕਰ ਦਿੰਦਾ। ਇਹ ਪੈਸਾ, ਇਹ ਰੁਪਈਆ, ਇਹ ਡੋਲਰ ਬੜੀ ਖਤਰਨਾਕ ਚੀਜ਼ ਹੈ, ਬੜੀ ਖਤਰਨਾਕ ਚੀਜ਼ ਆ। ਬੰਦਾ ਨਾ ਚਾਹੁੰਦੇ ਵੀ ਠੱਗੀਆਂ ਮਾਰਨ 'ਤੇ ਮਜਬੂਰ ਹੋ ਜਾਂਦਾ। ਸੋ ਗੱਲੇ ਦੀ ਗੇਮ ਇੰਨੀ ਕੁ ਵੱਡੀ ਗੇਮ ਹੈ ਨਾ ਗੱਲੇ ਦੀ, ਕਿ ਉਹਦੇ ਕਰਕੇ ਹੁਣ ਮੈਨੂੰ ਜਿੰਨਾ ਮੈਨੂੰ ਪਤਾ ਲੱਗਿਆ ਵੀ $1,75,000 ਸਾਲ ਦੀ ਇਨਕਮ ਇਸ ਗੁਰੂ ਘਰ ਦੀ। ਹੁਣ ਜੇ ਉਹਦੇ ਵਿੱਚੋਂ 25-30-40 ਹਜ਼ਾਰ ਵੀ ਜਿਹੜਾ ਪ੍ਰੈਜੀਡੈਂਟ ਬਣੇਗਾ ਜਾਂ ਮੈਂਬਰਸ ਖਾ ਲੈਂਦੇ, ਤਾਂ ਆਪਣੇ ਕੋਲ ਤਾਂ ਹਿਸਾਬ ਨਹੀਂ ਨਾ ਆਉਂਦਾ। ਪਰ ਮੈਂ ਇੱਕ ਗੱਲ ਬਹੁਤ ਵਿਰਦੇ ਲੱਗੀ ਸੀ, ਪਹਿਲੇ ਇਹ ਗੁਰਦੁਆਰਾ ਜਿਨ੍ਹਾਂ ਨੇ ਇਹ ਗੁਰਦੁਆਰੇ ਦੀ ਸ਼ੁਰੂਆਤ ਕੀਤੀ ਬਣਾਇਆ, ਡਾਕਟਰ ਸੁਖਦੇਵ ਕੋਨਰ ਅੰਕਲ, ਡਾਕਟਰ ਸੁਖਦੇਵ ਕੋਨਰ,
ਉਹ ਜਦੋਂ ਇਸ ਗੁਰਦਰ ਦੇ ਪ੍ਰਧਾਨ ਸੀ ਉਹ ਕੱਲਾ ਕੱਲਾ ਸਾਹਿਬ ਮਾਈਕ ਉੱਤੇ ਸੰਗਤ ਨੂੰ ਦੱਸਦੇ ਸੀ, ਸੰਗਤ ਜੀ ਇੰਨੇ ਪੈਸੇ ਆਏ ਆ, ਇੰਨੇ ਪੈਸੇ ਇਕੱਠੇ ਇਨਕਮ ਹੋਈ ਹੈ ਗੁਰਦੁਆਰੇ ਦੀ, ਆਹ ਅਸੀਂ ਇੱਥੇ ਲਾਏ ਆ, ਆਹ 40,000 ਇੱਥੇ ਲੱਗਿਆ, 2,000 ਇੱਥੇ ਲੱਗਿਆ, 5, ਮਤਲਬ ਬਹੁਤ ਅੱਛਾ ਲੱਗਦਾ ਸੀ ਕਿ ਸੰਗਤ ਨੂੰ ਵੀ ਸਾਥ ਦਿੱਤਾ ਜਾਂਦਾ ਹੈ। ਕਿਉਂਕਿ ਗੁਰਦੁਆਰਾ ਇਕੱਲਾ ਜਿਹੜਾ ਪ੍ਰੈਜ਼ੀਡੈਂਟ ਬਣਦਾ ਉਹਦਾ ਨਹੀਂ, ਉਹਦੇ ਪਿਓ ਦਾ ਨਹੀਂ ਤੇ ਨਾ ਉਹਦਾ ਤੇ ਨਾ ਜਿਹੜੇ ਪ੍ਰਧਾਨਗੀ ਕਰਦੇ ਆ ਕਮੇਟੀ ਮੈਂਬਰ ਬੰਦੇ ਉਹਨਾਂ ਦੇ ਬੁੜੇ ਦਾ ਵੀ ਹੈ ਨਹੀਂ, ਗੁਰਦੁਆਰਾ ਤਾਂ ਸਾਰੀ ਸੰਗਤ ਹੈ, ਸੰਗਤ ਦੇ ਨਾਲ ਹੀ ਗੁਰੂ ਘਰ ਚੱਲਦਾ। ਜੇ ਸੰਗਤ ਆਉਣਾ ਗੁਰੂ ਘਰ 'ਚ ਬੰਦ ਹੋ ਜਾਏ, ਸੰਗਤ ਡੋਨੇਸ਼ਨ ਕਰਨੀ ਬੰਦ ਕਰ ਦੇ, ਸੰਗਤ ਗਰੋਸਰੀ ਬੰਦ ਕਰ ਦੇ, ਕਿੱਦਾਂ ਗੁਰੂ ਘਰ ਚਲਾ ਲੈਣਗੇ, ਕਿੱਦਾਂ ਸਟੂਡੈਂਟਸ ਨੂੰ ਵੀ ਰੋਟੀ ਦੇ ਦੇਣਗੇ, ਇੱਕ ਵੀ ਰੋਟੀ ਦੇਣ ਵਾਲੇ ਨਹੀਂ ਹੈ ਮੁੜ ਕੇ। ਸੋ ਇਸ ਲਈ ਸਾਡੀ ਸੰਗਤ ਦਾ ਪੂਰਾ ਹੱਕ ਹੈ ਕਿ ਗੁਰਦੁਆਰਾ ਦਾ ਜੋ ਵੀ ਹਿਸਾਬ ਕਿਤਾਬ ਹੈ ਉਹ ਸੰਗਤ ਦੇ ਮੂਹਰੇ ਰੱਖਿਆ ਜਾਵੇ। ਸੋ ਬੜੀ ਅਨਮੋਲ ਤੁਹਾਡੀ ਵੋਟ ਹੋਏਗੀ, ਆਪਣੀ ਇਸ ਅਨਮੋਲ ਵੋਟ ਨੂੰ ਚੰਗੇ ਚੱਜ ਦੇ ਬੰਦੇ ਨੂੰ ਦਿਓ। ਦੇਖੋ ਜੇ ਤੁਸੀਂ ਕਹੋ ਕਿ ਆਹ 100 ਗੁਣ ਸੰਪੰਨ ਆਹ ਬੰਦੇ ਚ ਆਹ ਨੁਕਸ ਆਹ ਚਾਹੀਏ, ਦੇਖੋ 100 ਗੁਣ ਸੰਪੰਨ ਲੱਭਣ ਜਾਓਗੇ ਤਾਂ ਕਿਸੇ ਨੂੰ ਵੋਟ ਨਹੀਂ ਪਾ ਪਾਓਗੇ। ਬਸ ਇਹ ਹੋਵੇ ਕਿ ਬੰਦਾ ਖਾਲਿਸਤਾਨ ਵਾਲਿਆਂ ਨੂੰ ਸਪੋਰਟ ਨਾ ਕਰਦਾ ਹੋਵੇ, ਇਹ ਗੱਲ ਆਪਣੇ ਦਿਮਾਗ ਚ ਪਾ ਲਿਓ ਸਾਰੇ ਜਾਣੇ, ਨਹੀਂ ਤਾਂ ਬਹੁਤ ਤਬਾਹੀ ਆਊਗੀ ਇਸ ਗੁਰੂ ਘਰ ਦੇ ਵਿੱਚ। ਫਿਰ ਮੈਨੂੰ ਨਾ ਕਿਹੋ ਨੈਨਸੀ ਤੇਰੀ ਲੋੜ ਆ, ਨਾ ਨੈਨਸੀ ਨਹੀਂ ਖੜੂਗੀ ਫਿਰ ਕਿਸੇ ਨਾਲ, ਕਿਉਂਕਿ ਨੈਨਸੀ ਪਹਿਲੇ ਐਡਵਾਂਸ ਚੇਤਾਵਨੀ ਜਾਰੀ ਕਰ ਰਹੀ ਹੈ ਸਾਰਿਆਂ ਨੂੰ। ਵੋਟ ਸੋਚ ਸਮਝ ਕੇ ਪਾਇਓ ਤੇ ਜੋ ਵੀ ਗੱਲੇ ਦਾ ਹਿਸਾਬ ਹੋਏਗਾ, ਜਿਹੜਾ ਵੀ ਨਵਾਂ ਪ੍ਰੈਜੀਡੈਂਟ ਬਣੇਗਾ ਉਹਨੂੰ ਸਾਰੀ ਸੰਗਤ ਨੂੰ ਸਾਫ਼ ਦੇਣਾ ਪੈਣਾ। ਜੈ ਹਿੰਦ, ਸਤਿ ਸ਼੍ਰੀ ਅਕਾਲ।